ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਸਿੰਘ ਨੀਟੂ। ਅਸੀਂ ਪਹੁੰਚੇ ਹਾਂ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਰਾਜ ਸਭਾ ਸੰਸਦ ਦੇ ਸ਼ਮਸ਼ੇਰ ਸਿੰਘ ਦੁੱਲੋ, ਨੇ ਲਗਵਾਈ ਵੈਕਸੀਨ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਖੰਨੇ ਦੇ ਬੜੇ ਹੀ ਬਹੁਤ ਵੱਡਾ ਨਾਮ ਹੈ ਦੁੱਲੋ ਸਾਹਿਬ, ਤੁਸੀਂ ਵੈਕਸੀਨ ਲਗਵਾਈ ਆ ਆਮ ਲੋਕਾਂ ਨੂੰ, ਆਮ ਪਬਲਿਕ ਨੂੰ, ਤੁਹਾਡਾ ਕੀ ਮੈਸੇਜ ਹੈ? ਸਭ ਤੋਂ ਪਹਿਲਾਂ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਨੇ, ਜੋ ਮੈਡੀਕਲ ਲਾਈਨ ਦੇ ਵੱਲੋਂ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਂਦਾ ਹੈ, ਉਹਨੂੰ ਫਾਲੋ ਕਰਨ ਦੀ ਜ਼ਰੂਰਤ ਹੈ। ਡਿਸਟੈਂਸ ਰੱਖਣਾ, ਮਾਸਕ ਪਹਿਨਣਾ, ਬਾਹਰ ਹੱਥ ਦਿਨ ਦੇ ਵਿੱਚ ਹੱਥ ਧੋਣੇ, ਇਹ ਜਿਹੜੀਆਂ ਚੇਤਾਵਨੀਆਂ ਦਿੱਤੀਆਂ ਗਈਆਂ, ਇੱਕ ਤਰ੍ਹਾਂ ਦੀਆਂ ਚੇਤਾਵਨੀਆਂ ਵੀ ਹੈ, ਗਾਈਡਲਾਈਨ ਵੀ ਹੈ, ਚੇਤਾਵਨੀ ਵੀ ਹੈ, ਉਹ ਪਬਲਿਕ ਨੂੰ ਚਾਹੀਦਾ ਫਾਲੋ ਕਰਨਾ, ਜਿਹੜੀ ਕਿ ਪਬਲਿਕ ਕੁਤਾਹੀ ਕਰ ਰਹੀ ਹੈ। ਔਰ ਇਹਨੂੰ ਅਣਗੌਲਿਆ ਸਮਝਿਆ ਜਾਂਦਾ, ਇਹ ਇੱਕ ਤਰ੍ਹਾਂ ਦੀ ਮਹਾਂਮਾਰੀ ਹੈ ਜਿਹੜੀ ਸਾਡੇ ਮੁਲਕ 'ਚ ਨਹੀਂ ਬਲਕਿ ਦੁਨੀਆ 'ਚ ਫੈਲੀ ਹੋਈ ਹੈ। ਇਹ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ, ਬਚਣ ਰਹਿਣ ਦੀ ਜ਼ਰੂਰਤ ਹੈ। ਬਲਕਿ ਬਾਕੀ ਤਾਂ ਪਰਮਾਤਮਾ ਕਰਦਾ ਜੋ ਕਰਦਾ, ਪਰ ਫਿਰ ਵੀ ਆਪਣੇ ਹੱਥ ਜਿੰਨੇ ਜੋ ਆਪਾਂ ਕਰ ਸਕਦੇ ਉਹ ਕਰੋ। ਇਹਦੇ ਜਿਹੜੀ ਸਰਕਾਰ ਦੀ ਗਾਈਡਲਾਈਨ ਹੈ, ਗਾਈਡਲਾਈਨ ਦੇ ਵਿੱਚ ਰਹਿੰਦੇ ਹੋਏ ਸਾਰਾ ਜਿਹੜਾ ਨਾਗਰਿਕ ਹੈ, ਸਿਟੀਜਨ ਹੈ, ਔਰ ਬਜ਼ੁਰਗ ਹੈ, ਨੌਜਵਾਨ ਹੈ, ਸਮਾਂ ਇੱਕ ਦੂਜੇ ਨੂੰ ਗਾਈਡ ਕਰਨ, ਔਰ ਜਿਹੜਾ ਕਿ ਫਾਲੋ ਨਹੀਂ। ਅਸੀਂ ਦੇਖਦੇ ਹਾਂ ਆਮ ਸੋਸ਼ਲ ਫੰਕਸ਼ਨਾਂ 'ਚ ਕਿੰਨੀ ਭੀੜ ਹੈ, ਬਾਜ਼ਾਰਾਂ 'ਚ ਕਿੰਨੀ ਭੀੜ ਹੈ, ਉਹਦਾ ਰਿਜ਼ਲਟ ਹੈ ਕਿ ਇੱਕ ਗਰਾਫ ਥੱਲੇ ਆ ਗਿਆ ਸੀ ਕਰੋਨਾ ਦਾ, ਅੱਜ ਹੁਣ ਫਿਰ ਪੰਜਾਬ 'ਚ ਵੀ ਵੱਧ ਰਿਹਾ, ਕਿਉਂਕਿ ਅਸੀਂ ਫਾਲੋ ਨਹੀਂ ਕਰਦੇ ਗਾਈਡਲਾਈਨ ਨੂੰ, ਅਸੀਂ ਰਵਿਸਲੇ ਫਿਰਦੇ ਹਾਂ। ਇਸ ਲਈ ਇਹ 'ਚ ਆਪਣੀ ਸੇਫਟੀ ਹੈ, ਆਪਣੇ ਪਰਿਵਾਰ ਦੀ ਸੇਫਟੀ ਹੈ, ਔਰ ਦੂਸਰੇ ਦੋਸਤਾਂ ਨੂੰ ਵੀ ਇਹਦੇ ਬਾਰੇ ਗਾਈਡਲਾਈਨ ਕਰਨੀ ਚਾਹੀਦੀ ਹੈ, ਦੱਸਣਾ ਚਾਹੀਦਾ ਹੈ, ਉਹਨਾਂ ਨੂੰ ਵੀ ਰੋਕਣਾ ਚਾਹੀਦਾ ਜਿਸ ਤਰ੍ਹਾਂ ਦਾ ਕੋਈ ਫਾਲੋ ਨਹੀਂ ਕਰਦਾ, ਉੱਥੇ ਵੀ ਖਤਰਾ ਹੋ ਸਕਦਾ। ਇਹਦੇ ਬਾਰੇ ਇਲੈਕਸ਼ਨ ਕਮਿਸ਼ਨ, ਕਿਉਂਕਿ ਕੌਨਸਟੀਟਿਊਸ਼ਨਲ ਬਾਡੀ ਹੈ, ਉਹਨਾਂ ਨੂੰ ਆਪ ਸੋਚਣਾ ਚਾਹੀਦਾ। ਦੁੱਲੋ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਝ ਲੋਕ ਫੁਆਵਾਂ ਉਡਾ ਰਹੇ ਨੇ, ਦਹਿਸ਼ਤ ਬਣਾ ਰਹੇ ਨੇ, ਇਹ ਵੈਕਸੀਨ ਨਹੀਂ ਲਵਾਉਣੀ। ਪਹਿਲੀ ਗੱਲ ਤਾਂ ਕਿ ਇਹ ਜਿਹੜੀ ਮੈਡੀਸਨ ਹੈ, ਇਹ ਸਾਡੇ ਸਾਇੰਟਿਸਟ ਜਿਹੜੇ ਨੇ ਉਹ ਬਣਾ ਰਹੇ ਨੇ। ਇਹ ਮੈਡੀਸਨ 'ਤੇ ਪੋਲੀਟਿਕਸ ਨਹੀਂ ਕਰਨੀ ਚਾਹੀਦੀ। ਇਹ ਮੈਂ ਸਮਝਦਾ ਜਿਹੜੇ ਸੱਜਣ ਇਸ ਪਾਸੇ ਨੂੰ ਆਪਣੀ ਬਿਆਨਬਾਜ਼ੀ ਕਰਦੇ ਆ, ਗਲਤ ਹੈ। ਇਹ ਨਰਾਦਰ ਕਰਦੇ ਨੇ ਸਾਡੇ ਆਪਣੇ ਮੁਲਕ ਦੇ ਸਾਇੰਟਿਸਟ ਦਾ, ਮੈਂ ਤਾਂ ਇੰਨਾ ਹੀ ਕੋਈ ਕਹਾਂਗਾ। ਸੋ ਇਹ ਸੀ ਸਰਦਾਰ ਸ਼ਮਸ਼ੇਰ ਸਿੰਘ ਦੁੱਲੋ ਜੀ, ਜਿਨ੍ਹਾਂ ਨੇ ਬੜੇ ਹੀ ਪਿਆਰ, ਬੜੇ ਠੰਡੇ ਮੱਥੇ ਦੇ ਨਾਲ, ਬੜੇ ਸਤਿਕਾਰ ਦੇ ਨਾਲ ਮੀਡੀਆ ਨੂੰ, PB26 ਨਿਊਜ਼ ਚੈਨਲ ਨੂੰ ਆਪਣੇ ਬਿਆਨ ਦਿੱਤੇ, ਅਤੇ ਸਾਰਿਆਂ ਨੂੰ ਆਪਣਾ ਮਾਸਕ ਲਗਾਉਣ ਦੀ ਔਰ ਸਾਰਿਆਂ ਨੂੰ ਅਪੀਲ ਕੀਤੀ ਹੈ। ਸੋ ਸਿਵਲ ਹਸਪਤਾਲ ਦੇ ਜਿੰਨੇ ਵੀ ਕਰਮਚਾਰੀ, ਜਿੰਨੇ ਵੀ ਡਾਕਟਰ ਸਾਹਿਬਾਨ, ਜਿੰਨੀ ਵੀ ਟੀਮ ਸੀ, ਸੋ ਅਸੀਂ ਗੱਲਬਾਤ ਕੀਤੀ ਹੈ ਸਰਦਾਰ ਸ਼ਮਸ਼ੇਰ ਸਿੰਘ ਦੁੱਲੋ ਸਾਹਿਬ ਨਾਲ। ਸੋ ਮੈਨੂੰ ਦਿਓ ਇਜਾਜ਼ਤ, ਸਰਬਜੀਤ ਸਿੰਘ ਨੀਟੂ, PB26 ਨਿਊਜ਼ ਚੈਨਲ ਤੋਂ ਨਵੀਂ ਅਪਡੇਟ ਲੈ ਕੇ ਤੁਹਾਡੇ ਸਨਮੁੱਖ ਹਾਜ਼ਰ ਹੁੰਦਾ ਰਹਾਂਗਾ। ਸਤਿ ਸ਼੍ਰੀ ਅਕਾਲ।